ਰੋਪੜ ਕਿਰਤਪੁਰ ਮਾਰਗ ਤੇ ਹੋਏ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਮਾਤਾ ਨੈਣਾ ਦੇਵੀ ਮੰਦਿਰ ਤੋਂ ਮੱਥਾ ਟੇਕ ਕੇ ਦੋ ਨੌਜਵਾਨ ਖਰੜ ਵੱਲ ਆ ਰਹੇ ਸਨ, ਜੋ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਦੱਸੇ ਜਾ ਰਹੇ ਹਨ। ਜਦੋਂ ਕਿਰਤਪੁਰ ਤੋਂ ਅੱਗੇ ਆ ਕੇ ਸਰਸਾ ਨਗਰ ਨਜ਼ਦੀਕ ਪੁੱਜੇ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਵਾਹਨ ਵੱਲੋਂ ਉਹਨੂੰ ਟੱਕਰ ਮਾਰ ਦਿੱਤੀ ਗਈ, ਜਿਸ ਦੌਰਾਨ ਦੋਨੇ ਮੋਟਰਸਾਈਕਲ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਵਾਹਨ ਮੌਕੇ ਤੋਂ ਫਰਾਰ ਹੋ ਗਿਆ। ਇਸ ਸੰਬੰਧੀ ਪੁਲਿਸ ਵੱਲੋਂ ਉਹਦੀ ਭਾਲ ਕੀਤੀ ਜਾ ਰਹੀ ਹੈ। ਬਿਰਸਾ ਹੋਟਲ ਨਜ਼ਦੀਕ ਸਰਸਾ ਨੰਬਰ ਕੋਲ ਹੈ, ਇੱਕ ਅਪਾਚੀ ਮੋਟਰਸਾਈਕਲ ਹੈ, ਨੰਬਰ ਹੈ CH01B75008 ਅਤੇ ਦੋ ਨੌਜਵਾਨ ਸਵਾਰ ਸੀ ਜਿਹਨਾਂ ਨੂੰ ਕੋਈ ਵਹੀਕਲ ਫੇਲ੍ਹ ਮਾਰ ਗਿਆ, ਜਿਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ ਹੈ। ਬਾਕੀ ਉਹਦੇ ਵਾਰਸਾਂ ਦੇ ਬਿਆਨ ਹਾਸਲ ਕਰਕੇ ਜੋ ਵੀ ਕਾਰਵਾਈ ਹੈ ਉਹ ਤਫਤੀਸ਼ ਸਮਝ ਲਈ ਜਾਂਦੀ ਹੈ। ਜਗਵੰਤ ਜੀ ਲਈ ਮੈਂ ਰੀਸ਼ ਬਟਲਾ।